तू आप ता ना करती होना, तू मेरे ता नहीं बचदी, मैं फिर और पसाड़ूंगा। हां की कौन हाँ? है जी पागल हाँ? तेरे पसूगी तेरे देखण आ रहे ने। रनिंग करदी चपाती वे मगर दुनिया, मॉर्निंग इवनिंग ईटिंग करी चपाती, ए चपाती दा सीक्रेट ना कोई जाने कितो आई ते किने बनाई चपाती। उस भुखे नु देख के पुछ माना जीने हक हलाल दी खपाई चपाती, जीने हक हलाल दी खपाई चपाती। एक सफर पे शुक्र दे नाले खाना है। गल सुन मेरी, रोटी खाला, रोटी बनी पई है। कई मार दे फिरन पकाई चपाती। आ क्या हो गया? की हो गया? ग्राउंड असिस्टेंट प्राउड। ओ की गॉड मैंने गुर। हां असिस्टर मैंने दास। हां हां ते प्राउड मैंने मान। फिर मैं की करा? दास मान। हां मुरदास गान गुरदास मान हुंदा। हम गरी भी गए, फलकारियां भी गईयां, ਕੰਨਾ ਵੀ ਜੀ ਗੁਰੂ ਤੇ ਵਾਲੀਆਂ ਵੀ। ਬੜਾ ਸੋਹਣਾ ਖਾਣਾ ਹੈ ਨਾ ਇਹ ਦਾ, ਹੈਨਾ? ਆ ਕੁਛ ਲੈ ਕੇ ਤੇਰੇ ਨਾਲ ਭੱਜਣਾ ਦੀ ਜੱਟ ਦੀ ਇੱਕ ਉਮੀਦ ਜਾਗਰੂਤ ਸੀ ਪਤਾ। ਤੈਨੂੰ ਮੈਂ ਉਹਦੇ ਵੀ ਕਿਹਾ ਸੀ ਕੱਲ ਵੀ ਮੇਰੇ ਨਾਲ ਨਾ ਬਕਵਾਸ ਮਾਰਿਆ ਕਰ, ਤੂੰ ਛਿੱਤਰ ਖਾਦੇ ਸੀ, ਛਿੱਤਰ ਹੁਣ ਵੀ ਖਾ ਲੇਗਾ। ਤੇਰੇ ਕਰਕੇ ਬਦਮਾਸ਼ੀ ਛੱਡਣੀ ਪੈ ਗਈ। ਅੱਛਾ ਜੀ, ਵਧੀਆ ਗੱਲ ਹੈ। ਬੱਚਰ ਜਨਾਨੀਏ ਤੂੰ ਘਰ ਜਾੜਤਾ। ਕਿਹਦਾ ਘਰ ਜਾੜਤਾ ਮੈਂ? ਲਾਵਾ ਲੁਤਰੀਏ ਕਿਹਦਾ ਘਰ ਜਾੜਤਾ? ਮੇਰਾ ਕਿਹਦਾ ਪਿਆਰ ਪਤਾ ਤੈਨੂੰ ਕਿੰਨਾ ਕਰਦੇ ਸੀ। ਚੱਪਲ ਮਾਰ ਲੈ, ਖੜ ਜਾ। मरदास गान बने फिर जवार पाटा कम करने। सच कह मीती, सच कह करचा। लावा लावा लव रिलीजिंग लव ने प्यार भाषा किथे समझदी हो? तुसीं तां पैसे वाले दी भाषा समझदे हो। पैसे वाले दी भाषा समझदे की रखिया की है गांधी गंजे ही है। क्यों गंजा नाल इन्नी मोहब्बत कर दे? चल जाना मैं गंजा होण नहीं हां नहर च नहाउण। जा बाग जाने नाल भी मुश्क मारी जांदे, महीना हो गया नहाते नूं। मेरा पता ना पुछी कदे कि जोगियां दा ड्रेस स्टे किथे होणगे, ओ नाइट किथे पैणी ते सवेरे किथे होणगे, नाइट किथे पैणी ते सवेरे किथे होणगे। बोले आ जा भाई। आ गया भाई, आ गया। हो ठीक है भाई, कितने रहे? भाई ठीक है, ठीक है। तुसी ठीक हो? हां भाई ठीक ठाक। ਹੋਰ ਪਰਵਾਹ ਠੀਕ ਹੈ ਬਾਈ? ਵਧੀਆ ਵਧੀਆ। ਇੱਥੇ ਬਹਿ ਜਾ ਬਾਈ। ਜਾ ਬਾਈ ਕਿਵੇਂ ਕੌਲੀ ਚੱਕੀ ਫਿਰਦਾ? ਮੈਂ ਤਾਂ ਦਾਲ ਜੀ ਲੈਣ ਆਇਆ ਤੀ। ਦਾਲ ਲੈਣ ਆਇਆ ਤੀ? ਰੋਟੀ ਦਾ ਟੁੱਕ ਖਾ ਲਈ ਹੈ, ਭੁੱਖ ਲੱਗੀ ਪਈ ਹੈ। ਹਾਂਜੀ ਰੋਟੀ ਖਾਧੀ ਨਹੀਂ ਐਡਾ ਦੁਪਹਿਰਾਂ ਨੇ। ਕਿੱਥੇ ਖਾਧੀ ਆ ਰੋਟੀ? ਮਹਾ ਚੱਲ ਉਹ ਲੈ ਕੇ ਲਿਆਉਣਾ ਦਾਲ। ਚੱਲ ਦਾਲ ਤਾਂ ਲੈ ਜਾ, ਰੋਟੀ ਦਾ ਟਾਈਮ ਨਾ ਖਾ ਲਿਆ ਕਰ ਬਾਈ। ਰੋਟੀ ਭਾਈ ਹੁਣ ਧੱਪੀਆਂ ਨੇ ਦੋ ਮੰਨੀਆਂ। ਅੱਛਾ ਕੁੜੀ ਨੇ? ਅੱਛਾ ਉਹ ਵੀ ਆਕੜੀ ਬੈਠੀ ਆ ਮੇਰੇ ਨਾਲ। ਕਾ ਤੋਂ? ਬਸ ਉਹੀ ਤੈਨੂੰ ਪਤਾ ਮੈਂ ਬੋਲ ਪਿਆ ਖਾਸਾ ਕਰ ਲਉਂ ਨੂੰ। ਅੱਛਾ ਹਾਂ ਤੈਨੂੰ ਪਤੀ ਆ ਗੱਲ ਦਾ ਭਾਈ, ਹੁਣ ਸੋਦੋ ਕੀ ਓਲਾ ਹੈ ਆਂਟੀਆਂ ਗਵਾਂਡੀਆਂ ਤੋਂ ਕੀ ਪਰਦਾ? ਨਾ ਗਵਾਂਡੀਆਂ ਤੋਂ ਕੀ ਪਰਦਾ ਭਾਈ, ਪਤਾ ਤਾਂ ਲੱਗੇ ਜਾਂਦਾ। ਨੇ ਕੀ ਕਰਿਆ? ਮੈਂ ਬਾਗਿਆ ਭਾਈ ਥਾਣੇ 'ਚ, ਮੈਂ ਦਿਆ ਥਾਣੇ 'ਚ ਰਿਪੋਰਟ, ਨਾਲੇ ਮੈਂ ਪੰਚਾਇਤ ਨੂੰ ਤਲਾਕ ਰਿਹਾ। ਅੱਛਾ ਕੁੜੀ ਗਵਾਹੀ ਮੁੱਕਰ ਗਈ ਟਾਈਮ ਤੇ। ਅੱਛਾ ਕੁੜੀ ਉਹਦੇ ਕੰਨੀ ਦੀ ਹੋ ਗਈ? ਪਤਾ ਨਹੀਂ ਭਾਈ ਸੱਚੀ ਗੱਲ ਹੈ, ਪਤਾ ਨਹੀਂ ਝੂਠ ਹੈ, ਪਤਾ ਨਹੀਂ ਇਹ ਵੀ ਮੇਰੇ ਨਾਲ ਵਿਤਕਰਾ ਕਰਦੀ ਹੈ, ਰੱਬ ਜਾਣਦਾ ਹੈ।
है जा करन आला जानदा भैया रब जानदा है हुण तीजे बंदे नु दा की पता कौन हाँ। किवें कौन की माड़ा कौन की चंगा भई ओदा परमात्मा नु पता जा इन्ना नु पता हां किने की पाप कमाए ने कौन की पाप कमा रहा कौन की पुन करदा परमात्मा जानदा है जा करन आला जानदा भई ए ता है गल कुड़ी मुकर गई गवाही पुलिस ने मेरे नाल ओ कुत्ते खाणी करी आओ कुत्ते खाणी करी रहे रब दा नाम तू ता फसाता मैं फसाता बता पंचायत कणी ओ मेरा मुंह नीवा हो गया ओहो आप पता सच्चे हो गए पिंड दी पंचायत मुखियारे तो पुछे बिना कोई काम नहीं करती थी ਹੁਣ ਮਖਤਿਆਰੇ ਨੂੰ ਭਾਈ ਪੰਚਾਇਤ ਗਾਲਾਂ ਦੇ ਗਈ ਹੈ ਘਰੇ ਆ ਕੇ ਕੁੱਤੇ ਖਾਣੀ ਕਰਕੇ ਗਈ ਹੈ ਭਾਈ ਮਖਤਿਆਰੇ ਤਾਂ ਹੀ ਕਹਿੰਦੇ ਨੇ ਮਾੜਾ ਜੰਮੇ ਨਾ ਮਾੜਾ ਆਵੇ ਨਾ ਭਾਈ ਮਾੜੀ ਲਾਦ ਪਰਮਾਤਮਾ ਕਿਸੇ ਨੂੰ ਦੇਵੇ ਨਾ ਭਾਈ ਫਿਰ ਮੈਂ ਤਾਂ ਦੇਖ ਭਾਈ ਹੁਣ ਨਾ ਨੀ ਬੋਲਣਾ ਹੀ ਦੀ ਕੁੜੀ ਨੂੰ ਮੈਂ ਉਹਨੂੰ ਬੋਲਿਆ ਬਾਈ ਚਾਰੇ ਜਾ ਕੇ ਪੈ ਗਿਆ ਮੈਂ ਤਾਂ ਆਪਾਂ ਤੋਂ ਭਾਈ ਗੁੱਸਾ ਨਹੀਂ ਸਾਂਭਿਆ ਜਾਂਦਾ ਫਿਰ ਬਾਈ ਉਹੀ ਗੱਲ ਹੈ ਜਦੋਂ ਆਪਣਾ ਬੀਪੀ ਵੱਧ ਜਾਂਦਾ ਜਦੋਂ ਹੁਣ ਜਵਾਕ ਉਲਟਾ ਸਿੱਧਾ ਚੱਲਦੇ ਨੇ ਫਿਰ ਤਾਂ ਘੂਰਦਾ ਹੀ ਆ ਮਾਂ ਬਾਪ ਮਾਂ ਬਾਪ ਰੋਟੀ ਦੇ ਦੇ ਕਹਿੰਦੀ ਭਾਈ ਜਿਹਨੂੰ ਪਿਆਰ ਨਾਲ ਲਵੇ ਲਾਉਣਾ ਕਹਿੰਦੀ ਉਹ ਤੋਂ ਰੋਟੀ ਲੈ 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 ਲੋੜਾ ਆ ਆਪਾਂ ਜਵਾਕਾਂ ਦਾ ਜੇ ਗੱਲ ਮਾ ਕੋਈ ਨਾ ਹੈਗਾ ਮੈਂ ਤੇਰੀ ਮੇਰੀ ਗੱਲ ਸੁਣ ਬਾਈ ਮੈਂ ਤਾਂ ਉਹਨੇ ਖਾਇਆ ਉਹਨਾਂ ਪਤਾ ਕੀ ਹੈ ਤੂੰ ਕੋਈ ਆਪਦਾ ਵਿਆਹਦਾ ਬਣ ਲੈ ਤੂੰ ਵਿਆਹ ਕਰਾ ਲੈ ਉਹ ਭਾਈ ਰਾਣੀ ਕਹੇ ਜੀਆਂ ਗੱਲਾਂ ਕਰਦੀਆਂ ਤੂੰ ਹੁਣ ਥੂ ਕਰਾਉਣੀਆਂ ਵਾ ਪਿੰਡ ਚ ਉਮਰ ਆ ਮੇਰੀ ਵਿਆਹ ਆਈ ਹੈ ਭਾਂ ਦੀ ਫਿਰ ਮੇਰੀ ਗੱਲ ਸੁਣ ਫਿਰ ਤੂੰ ਕਿਹਦੇ ਕੋਲੇ ਰੋਟੀ ਨੂੰ ਹੁਲੇਗਾ ਦੇਖੀ ਜਾਊ ਭਾਈ ਗੁਰਦੁਆਰੇ ਬਾਜਾ ਕਰੂੰ ਕਦੇ ਸੋਡੇ ਵਰਗੇ ਭੈਣ ਭਾਈ ਦੇ ਆ ਗਿਆ ਕਦੇ ਗੁਰਦੁਆਰੇ ਬਾਜਾ ਹੋਰ ਸਾਡੇ ਵਰਗੇ ਤਾਂ ਕੋਈ ਗੱਲ ਨਹੀਂ ਬਾਈ ਚੱਲ ਤੂੰ ਰੋਟੀ ਖਾ ਲਿਆ ਕਰੀ ਰੋਟੀ ਦੀ ਤਾਂ ਕੀ ਗੱਲ ਹੈ ਕਹਿੰਦੇ ਪੁੰਨ ਹੁੰਦਾ ਕਿਸੇ ਦੀ ਅੰਦਰਾਂ ਸੀਸਾਂ ਦਿੰਦੀਆਂ ਨੇ ਪਰ ਬਾਈ ਜਿਹੜਾ ਆਪਦਾ ਚੁੱਲਾ ਹੁੰਦਾ ਉਹ ਆਪਦਾ ਹੀ ਹੁੰਦਾ ਗਊ ਨੂੰ ਵੀ ਬੰਦਾ ਪੇੜਾ ਚਾਰ ਦਿੰਦਾ ਜੇ ਜਾਂ ਗਊ ਨੂੰ ਪੇੜਾ ਚਾਰ ਤਾਂ ਉਹ ਜੀ ਸੜੇ ਬੰਦੇ ਨੂੰ ਰੋਟੀ ਦੇਤੀ ਨਾ ਨਾ ਮੇਰੀ ਗੱਲ ਸੁਣ ਤੂੰ ਆਪਦਾ ਕੋਈ ਬੰਨ ਸੁਭ ਕਰ ਵਿਆਹ ਸਾਦੀ ਦਾ ਭਾਈ ਦੇਖ ਮੇਰਾ ਵੀ ਬਥੇਰਾ ਕਰਦਾ ਜੀ ਰਾਣੀ ਹੁਣ ਤੈਥੋਂ ਕੀ ਪਰਦਾ ਹਾਂ ਮੇਰਾ ਵੀ ਜੀ ਕਰਦਾ ਮੇਰੇ ਘਰ ਚ ਮੇਰਾ ਟੱਬਰ ਹੋਵੇ ਉਹ ਗੈਮਲ ਗੈਮਲ ਕਰਦਾ ਬਰੇ ਝਾਂਜਰਾ ਸਣਕਣ ਚੂੜੀਆਂ ਖਣਕਣ ਰੋਟੀਆਂ ਪਕਾਉਗੀ ਤੇਰੇ ਕੱਪੜੇ ਧੋਊਗੀ ਤੇਰੇ ਸਾਫ਼ ਸਫਾਈ ਝਾੜੂ ਪੋਚਾ ਹੋਊਗਾ ਤੇਰਾ ਘਰ ਬਾਰ ਸਾਂਭੂਗੀ ਤੂੰ ਮੇਰੀ ਗੱਲ ਸੁਣ ਚੁੱਪ ਕਰਕੇ ਸਲਾਹ ਕਰਕੇ ਤੂੰ ਆਪਦਾ ਵਿਆਹ ਕਰਾ ਲੈ ਉਹ ਭਾਈ ਹੁਣ ਮੈਨੂੰ ਕਿੱਥੋਂ ਜੁੜੂ ਕੁੜੀ ਕਿੱਥੋਂ ਜੁੜੂ ਕੁੜੀ ਕੌਣ ਮੈਨੂੰ ਕੁੜੀ ਦੇਊਗਾ ਕੌਣ ਮੇਰਾ ਰਿਸ਼ਤਾ ਕਰਾਊਗਾ ਤੂੰ ਮੈਨੂੰ ਇਹ ਗੱਲ ਦੱਸ ਬੇ ਰਿਸ਼ਤਾ ਤਾਂ ਤੇਰਾ ਕਰਾ ਦੂੰਗੀ ਮੈਂ ਕਰਾ ਦੂੰਗੀ ਕੁੜੀ ਹੈਗੀ ਮੇਰੀ ਨਿਗਾਹ 'ਚ ਮੈਨੂੰ ਫੋਨ ਆਇਆ ਸੀ ਕੱਲ ਕੁੜੀ ਕਹਿੰਦੇ ਹੈਗੇ ਨਿਗਾਹ 'ਚ ਭਾਈ ਕੁੜੀ ਦੇ ਨਾਲ ਇੱਕ ਜਵਾਕ ਹੈ ਮੁੰਡਾ ਹੈ ਕੋਈ ਨਾ ਜਵਾਕ ਤੇਰਾ ਮਨ ਮੰਨਦਾ ਹੈ ਮਨ ਤਾਂ ਮੰਨੀ ਹੋਆ ਜਵਾਕ ਦੇ ਕੁੜੀ ਮੰਨ ਜਾ ਮਨ ਤਾਂ ਮੰਨਿਆ ਹੋਇਆ ਕੁੜੀ ਤਾਂ ਮੰਨ ਜੂਗੀ ਕੁੜੀ ਤਾਂ ਕੁਛ ਨਹੀਂ ਕਹਦੀ ਕੁੜੀ ਤਾਂ ਕਹਿੰਦੀ ਵੀ ਮੈਂ ਨਰਮ ਪਰਿਵਾਰ ਹੋਵੇ ਮਾਸੀ ਮੇਰਾ ਰਿਸ਼ਤਾ ਕਰਾ ਦੇ ਕਹਿੰਦੀ ਮੈਂ ਵਿਆਹ ਕਰਾ ਲੂੰਗੀ ਫਿਰ ਭਾਈ ਜੇ ਵਿਆਹ ਤਾਂ ਮੈਂ ਵੀ ਕਰਾ ਲੂੰਗਾ ਮੈਂ ਤਾਂ ਕੀ ਆ ਮੈਂ ਤਾਂ ਆਪ ਕਰਾ ਲੂੰਗਾ ਪਰ ਕੁੜੀ ਹੋਵੇ ਭਾਈ ਘਰ ਬੰਨਣ ਵਾਲੀ ਕੁੜੀ ਤਾਂ ਬਹੁਤ ਸਿਆਣੀ ਹੈ ਘਰ ਬੰਨਣ ਵਾਲੀ ਹੋਵੇ ਜੇ ਮੈਂ ਕਹਾ ਕੁੜੀ ਨੂੰ ਵੇਖ ਤੋ ਇੱਥੇ ਖੜ ਜਾ ਇੱਥੋਂ ਉੱਥੇ ਖੜੇ ਉੱਥੇ ਨਾ ਜਾ ਕੁੜੀ ਤਾਂ ਬਹੁਤ ਸਿਆਣੀ ਹੈ ਬਾਈ ਮਖਤਿਆਰੇ ਉਹ ਬੋਲਦਾ ਉਹਦਾ ਮੁੰਡਾ ਨਸ਼ਾ ਕਰਦਾ ਤੀ ਚਿੱਟਾ ਚੁੱਟਾ ਪੀਂਦਾ ਤੀ ਟੀਕੇ ਟੱਲੇ ਲਾਉਂਦਾ ਤੀ ਬਾਈ ਉਹ ਤਾਂ ਮਰ ਗਿਆ ਕੁੜੀ ਤਾਂ ਬਾਈਓ ਸਿਆਣੀ ਹੈ ਠੀਕ ਹੈ ਬਹੁਤ ਸਿਆਣੀ ਹੈ ਕੁੜੀ ਤਾਂ ਇੰਨੀ ਸਿਆਣੀ ਹੈ ਕੁੜੀ ਦਾ ਨਾਮ ਹੈ ਰੱਜੀ ਅੱਡੀ ਰੱਜੀ ਰੂਹ ਵਾਲੀ ਕੁੜੀ ਹੈ ਤੜਕੇ ਉੱਠ ਕੇ ਨਾਮ ਲੈਣ ਵਾਲੀ ਵਾਹਿਗੁਰੂ ਆ ਬਹਿ ਗਿਆ ਬੇੜਾ ਅੱਜ ਕਿਸੇ ਦਾ ਫੇਰ ਕੰਜਰੀ ਦਾ ਰੰਡੀਆਂ ਮੇਰੀਆਂ ਪਾਥੀਆਂ 'ਚ ਬੈਠੀਆਂ ਰਹਿੰਦੇ ਨੇ ਐਂ ਹੁੰਦਾ ਵੀ ਕਦੋਂ ਰੱਜੀ ਜਾਵੇ ਕਦੋਂ ਅਸੀਂ ਪਾਥੀਆਂ ਚੱਕੀਆਂ ਫਿਰ ਲੋਕੀ ਕਹਿੰਦੇ ਨੇ ਰੱਜੀ ਮਾੜੀ ਆ ਆਖੇ ਸਾਰੇ ਪਿੰਡ ਦੀਆਂ ਜਨਾਨੀਆਂ ਨਾਲੋਂ ਵੱਧ ਗਾਲਾਂ ਦਿੰਦੀਆਂ ਵੀ ਗਾਲਾਂ ਨਹੀਂ ਦਊਂਗੀ ਹੋਰ ਕੀ ਉਹਨਾਂ ਦੇ ਜੰਮਣ ਵਾਲਿਆਂ ਨੂੰ ਰੋਊਂਗੀ ਮਰ ਗਈ ਮੇਰੀ ਸੌਕਣ ਮੈਂ ਤਾਂ ਕਹਿੰਦੀ ਜਿਹੜੀਆਂ ਮੇਰੀਆਂ ਪਾਥੀਆਂ ਲੈ ਕੇ ਗਈ ਆ ਉਹ ਸੈਤੀ ਪੈ ਜਾਣ ਕੰਜਰੀਆਂ ਨੂੰ ਐਂ ਰਹਿੰਦਾ ਵੀ ਬਸ ਰੱਜੀ ਦੀਆਂ ਪਾਥੀਆਂ ਚੱਕ ਲਈਏ ਨਾ ਉਹਨਾਂ ਨੂੰ ਪੁੱਛਣ ਵਾਲਾ ਹੋਵੇ ਵੀ ਪਾਥੀਆਂ ਪਤਾ ਕਿੰਨੀਆਂ ਔਖੀਆਂ ਨੇਗੀਆਂ ਪੱਥਣੀਆਂ ਮੇਰਾ ਤਾਂ ਗਾਹ ਰੱਦ ਵਿਚਾਲੇ ਪਿਆ ਗਾ ਇਹਨੂੰ ਲਾਉਣੀਆਂ ਸੀ ਮੇਰੀ ਸੌਕਣ ਕੋਈ ਮੇਰੇ ਬਾੜੇ 'ਤੇ ਨਿਗਾਹ ਰੱਖਦੀ ਹੈਗੀ ਮਿਲ ਜਾਣਦੇ ਮੈਨੂੰ ਕੰਜਰੀ ਦੀਆਂ ਨਾ ਖਾਖਾਂ ਪਾੜੀਆਂ ਨਾ ਮੈਨੂੰ ਵੀ ਰੱਜੀ ਕੀ ਨਾ ਕਹਿਣਾ ਹੁਣ ਮੈਨੂੰ ਐਂ ਲੱਗਦਾ ਵੀ ਮੈਨੂੰ ਬਾੜੇ 'ਚ ਡੇਰਾ ਲਾਉਣਾ ਪਿਆ ਕਰੂਗਾ ਮੈਨੂੰ ਪਤਾ ਲੱਗਣ ਦੇ ਮੇਰੀ ਸੌਕਣ ਕਿਹੜੀ ਆ ਪਾਥੀਆਂ ਨਾਲ ਹੀ ਭੰਨੂਗੀ ਸ਼ੁਕਰਾ ਆ ਇੰਨੀਆਂ ਕੁ ਬਚ ਗਈਆਂ ਇਹ ਵੀ ਗਿੱਲੀਆਂ ਸੀ ਤਾਂ ਛੱਡ ਗਈ ਕੋਈ ਮੇਰੀ ਸੌਕਣ ਬਚਣੇ ਰੋਣੀ ਮੈਂ ਤਾਂ ਕਹਿੰਦੀ ਹਾਂ ਮਰ ਜੇ ਹਰਾਮ ਜਦੀ ਕੋਈ ਲੰਡੀ ਨੇ ਲੈ ਸਾਰਾ ਬਾੜਾ ਖਾਲੀ ਕਰਤਾ ਵੀ ਲੈ ਦੱਸ ਹੁਣ ਕਿ ਉਹਦੇ ਜੰਮਣ ਵਾਲੇ ਨੂੰ ਰੋਵਾਂ ਉਹਦਿਆਂ ਨੂੰ ਮੈਂ ਤਾਂ ਐਂ ਚੱਕਣਾ ਸੀ ਚਾਰ ਪਾਥੀਆਂ ਵੀ ਚੱਲ ਦੁੱਧ ਗਰਮ ਧਰ ਦੂੰਗੀ ਹਾਰੇ 'ਚ ਪਾ ਕੇ ਮੈਂ ਪਾਥੀਆਂ ਸੁੱਕੀਆਂ ਚੱਕ ਲਿਆਉਣੀਆਂ ਹੁਣ ਆਹ ਗਿੱਲੀਆਂ ਨਾਲ ਕੀ ਮੱਥਾ ਮਾਰਾਂ ਵੀ ਰੰਡੀਏ ਤੂੰ ਆਹ ਗਿੱਲੀਆਂ ਲੈ ਜਾ ਜੇ ਲੈ ਕੇ ਜਾਣੀਆਂ ਨੇ ਰੋਲ ਆਪਦੇ ਕਰਮਾਂ ਨੂੰ ਬੇੜੀ ਬੈਠੀ ਵਾਲੀਆਂ ਨੇ ਦੁਖੀ ਕਰ ਮਾਰਿਆ ਜੇ ਘਰੇ ਥਾਂ ਹੋਵੇ ਗੋਹਾ ਪੱਥਰ ਨੂੰ ਕਾਹਨੂੰ ਉਰੇ ਮਰਾਂ ਮੈਂ ਉਰੇ ਕਾਹਨੂੰ ਮਰਾਂ ਐਂ ਜੀ ਕਰਦਾ ਨਾ ਵੀ ਉਰੇ ਬਹਿ ਜਾ ਬਾੜੇ 'ਚ ਪਰ ਹੈ ਸਿਕਰ ਦੁਪਹਿਰਾ ਜੇ ਬਾੜੇ 'ਚ ਬੈਠੀ ਆ ਲਾ ਕੇ ਦੂ ਰੱਜੀ ਪਤਾ ਨਹੀਂ ਕਿਉਂ ਬਾੜੇ 'ਚ ਬੈਠੀ ਹੈਗੀ ਮੈਨੂੰ ਲੱਗਦਾ ਨਾ ਤੜਕੀ ਆ ਕੇ ਮੈਨੂੰ ਉਹ ਗਹਾਰੇ ਕੋਲੇ ਲੁਕਣਾ ਪਿਆ ਕਰੂ ਫਿਰ ਪਤਾ ਲੱਗੂ ਵੀ ਕਿਹੜੀ ਆ ਮੇਰੀ ਸੌਕਣ ਮੇਰੇ ਸਾਹਮਣੇ ਆਵੇ ਮੇਰੇ ਪਾਥੀਆਂ ਚੱਕਣ ਫਿਰ ਪਾੜਾ ਖਾਖਾਂ ਲੰਡੀ ਨੇ ਦੁਖੀ ਕਰ ਮਾਰਿਆ ਕੁੜੀ ਤਾਂ ਮਹਾਂ ਮਖਤਿਆਰੇ ਤੂੰ ਗਲੇ ਨਾ ਪੁੱਛ ਗਊ ਵਰਗੀ ਹੈ ਮੈਂ ਗਰੰਟੀ ਲੈਂਦੀ ਹਾਂ
झज्जू पा के रखे गांडिया चाहिए घर घर बार चला कबीरदारी सामने वाली मखत्यारे तू लड़ाई झगड़े तो गल भुल जा कुड़ी तो महा तेरा घर बसा दूगी तू ताए कहेगा मैं नेरे च फिर तू फिर गल कर ना तो तू खौसड़े खाने दलवीर के सोनी बार बार नहीं मिलते होंगे पर कम नबेड़न की कर ऐनी पता कोई अपने तत्ता होर आ गया अगला उधर करा ले फिर अगले ने कहा तैयारी तू नगर जाके बह जी अगला कहे भी चाण चके आ गए तैयारी नू केड़ा गड्डे लदने ने जहे जे कपड़े होणगे कुड़ी पाके आजूगी कपड़े नाल नहीं बंदा सोना हुंदा सोने दा तां रंग रूप ही पता लगेना भी इह किहा जा जवाक है चल फिर भाई तू कर गल ओदे नाल मैं ओदे नाल गल करदी आं फोन ते तू नहा तो के कपड़े बदल मैं तां बस हुण आ गया कपड़े पैसे पूसे चक्का हां पैसे चक चल रोटी रोटी डब्बा लावांगे ते आपां रोटी रोटी ओती खा लांगे हां हां मैं तां बनावो चोलण पवावां छांप बस हुण असीं आ कम जन नबेड़ लिए सौने हां जा थोड़ा जा पुत वड्डा गा तू दसा लैगा सारा तेल तू कर गया मैं तेरी नहीं समझ आउंदी गया कि इना तेल ती मैं पीना गा पीना आया मेरा गाना गा रहा है सिंगा है गाउन गा रहा है मेरा लिखा हुआ सिंगा किदन को वाला वो तो सगा होगा वो थ्रू होगा और ओए वाला जड़ा लॉकडाउन च मस्सियां पड़ता थी सिंगा बोलदा मेरे अच्छा बल्लियां अखड़ा मेरे गाना गा रहा सुनावा लिखा हुआ है मेरा गाना है सुनावा सुना दे सुना ऐ जी गाऊ कहंदा हो ब्राउनी करदा है गगे खंडी वादिया सिंगा बोलदा मेरे तेरी भैन दा कौड़ तू पता है नासा दे मनु लफड़ा तेरे दस गा मेरा गाउन दस गा किवें ओए तू हिसाब नाल बोल लिया कर मेरा पुत्त तैनूं दसां मैं डर मलंग माड़ा मोटा हिसाब नाल बोल लिया कर गाड़ा मेरी गल सुन ला मैं जाके आना कम मैं हो जू लेट कथे जाना मैं जरूरी कम जाके आना गाड़िया मेनू ले जा मकलावा लैन जाना चलेगा
ਉਹਦਾ ਨਹੀਂ ਲੈਂਦੇ ਬਾਈ ਉਹ ਇਹਨਾਂ ਨੂੰ ਤੇਰੀ ਮਾਂ ਨੂੰ ਕੱਖ ਪਾ ਦੀ ਕਿਤੇ ਇੱਥੇ ਸਾਰਾ ਦਿਨ ਧੁੱਪ 'ਚ ਬੈਠੀਆਂ ਰਹਿਣ ਗੱਲ ਸੁਣ ਲੈ ਮੈਨੂੰ ਤੂੰ ਲੈ ਕੇ ਨਹੀਂ ਨਾ ਜਾਂਦਾ ਘਰੇ ਤੂੰ ਮੈਨੂੰ ਛੱਡਦਾ ਨਾ ਘਰੇ ਬਾਈ ਫੇਰ ਨਾ ਕਿਉਂ ਕਿਸੇ ਕੁੜੀ ਦੀ ਭਰੂਣ ਹੱਤਿਆ ਕਰਤੀ ਆਪਾਂ ਆ ਦਿੰਦੀ ਆ ਪੁੱਤ ਚਮੜੇ ਦੀ ਹੈ ਜਿੱਥੇ ਪੈਗੀ ਨਾ ਇੰਨਾ ਚਮ ਲਾ ਕੇ ਲਿਆਊ ਅੰਦਰ ਦੇਖ ਲੈ ਫਿਰ ਰੰਗਾਟਾ ਪਿਆ 3000 ਦਾ GST ਕੜੀਆ ਪ੍ਰਧਾਨ ਜਿੱਥੇ ਪੈਂਦਾ ਨਾ ਚਮ ਚੁੰਮ ਦਾ ਤਾਂ ਪਤਾ ਨਹੀਂ ਅੰਦਰ ਉਹ ਬੋਨਸ ਕੱਟ ਕੇ ਲਿਆਉਂਦਾ ਹੱਡੀ ਕੱਟ ਕੇ ਲਿਆਉਂਦਾ ਉਹ ਚੰਗਾ ਤੂੰ ਇਹਨਾਂ ਨੂੰ ਕੱਖ ਪਾ ਦੀ ਤੇਰੇ ਮਾਵਾਂ ਨੂੰ ਇੱਥੇ ਨਾ ਮੱਚੀ ਜਾਣ ਧੁੱਪ 'ਚ ਬੈਠੀ ਜਵਾਰ ਭਾਟਾ ਤੇਰੀ ਨੀ ਮਾਂ ਹੈਗੀ ਤੂੰ ਗਿਆ ਕਿੱਥੇ ਦੀ ਅੱਜ ਪਹਿਲਾਂ ਮੈਨੂੰ ਇਹ ਦੱਸ ਆਪਦਾ ਜਨਾਲੀਆਂ ਦੇ ਗਈ ਤੀ ਕਿਹੜੇ ਜਨਾਲੀਆਂ ਦੇ ਸਾਡੇ ਪਿੰਡ ਵਾਲੇ ਨੇ ਜਿਹੜੇ ਜਨਾਲੀ ਸਿਬ ਦੇ ਹਾਂ ਸਾਰਾ ਦਿਨ ਜ਼ਰੂਰੀ ਕੰਮ ਦੀ ਕੋਈ ਉੱਤੇ ਭਗਾਈਆਂ ਕਰਦਾ ਫਰੀ ਜਾਂਦਾ ਤੇਰੀ ਭੈਣ ਦੀ ਗੁਣਾ ਕੀ ਲੈ ਕੇ ਆਵਾਂ ਤੇਰੇ ਵਾਸਤੇ ਖਾਣ ਨੂੰ ਚੂਰ ਵਾਲੇ ਪੈਪ ਸਮੋਸੇ ਲਿਆ ਉਹਦਾ ਖਾਂਦੇ ਨਹੀਂ ਬਈ ਲੱਡੂ ਬ੍ਰੈਡ ਮਿੱਠਾ ਨਹੀਂ ਖਾਂਦਾ ਮੈਂ ਮਿੱਠਾ ਨਹੀਂ ਖਾਂਦਾ ਨਾ ਇੱਦਾਂ ਭਰਿੰਡਾ ਹੀ ਮਾਰ ਲਈ ਜੱਟ ਖਾਤਰ ਦੋ ਭਰਿੰਡਾ ਜਾੜ ਥੱਲੇ ਰੱਖ ਕੇ ਖਾਂਦਾ ਜਿੱਦੇ ਬਰਾਉਨੀ ਕਰਨ ਆਉਂਦਾ ਦੀ ਭੈਣ ਦਾ ਜਵਾਰ ਭੱਟ ਤੇਰੀ ਦਾ ਹਾਸਲ ਲਿਆ ਦਿੰਦਾ ਫਿਰ ਸਲਫਾਸ ਲਿਆ ਨਹੀਂ ਇੱਕ ਗੋਲੀ ਤੇਰੇ ਹਲਕ 'ਚ ਡੇਗੀ ਉਹ ਮੈਂ ਖਾਊਂਗਾ ਗਾੜਿਆ ਤੈਨੂੰ ਛੱਡਦਾ ਨਹੀਂ ਮੈਂ ਸਿਰ ਪਾੜ ਤੂੰ ਮਾਰ ਕੇ ਮਾਰਗਾ ਫਿਰ ਆਜਾ ਮਾਰ ਮਾਰ ਫਿਰ ਚੱਲ ਜਾਂਦਾ ਮੈਂ ਤੇਰੇ ਵਰਗਾ ਦੀ ਮੈਂ ਪੂਪਣੀ ਕਰ ਦੇਣਾ ਪੂਪਣੀ ਜਾ ਇਹ ਚੰਗੇ ਕੰਮ ਰਹਿਣਾ ਮੈਂ ਤੇਰੇ ਵਰਗੇ ਦੀ ਟੱਕੀ ਕੜਾਹ ਵਰਗੀ ਆਉਂਦੀ ਹੈ ਫਿਰ ਸਾਫ ਸਰ ਚੱਲਿਆ ਕਰ ਭੈਣ ਦੀ ਜਵਾਰ ਭਾਟਾ ਸਤਿ ਸ਼੍ਰੀ ਅਕਾਲ ਤੇ ਸ੍ਰੀ ਅਕਾਲ ਗੱਗੀ ਆ ਬੈਠਾ ਗੱਗੀ ਉਹ ਤੇਰੇ ਮਿੱਤੇ ਆਰੇ ਪਾਲੇ ਸਾ ਕਿਉਂ ਗੱਗੀ ਕਿਵੇਂ ਕੀ ਹਾਲ ਹੈ ਪ੍ਰਧਾਨ ਕਿਵੇਂ ਆ ਬਾਈ ਹੈਂਡਸ਼ੇਕ ਬਰੇ ਨਾਈਸ ਟੂ ਮੀਟ ਯੂ ਡੋਟਾ ਹਾਂ ਬਰੇ ਗੁੱਡ ਐਵਰੀਥਿੰਗ ਆਲ ਰਾਈਟ ਬਰੇ ਉਹ ਮੈਂ ਕਹਿੰਦਾ ਸੀਗਾ ਤੈਨੂੰ ਹਾਂਜੀ ਸ਼ਿਵ ਹੁਣੀ ਦੇਖਣਾ ਸੀ ਤੈਨੂੰ ਅੱਛਾ ਯਾਰ ਹਾਂ ਦੇਖਣਾ ਨਹੀਂ ਮੈਨੂੰ ਹਾਂ ਕਿਵੇਂ ਮਤਲਬ ਪਤਾ ਨਹੀਂ ਮੈਂ ਤਾਂ ਐਂ ਕਹਿੰਦਾ ਸੀ ਕਹਿੰਦੇ ਦੇਖਦੇ ਆ ਉਹਨੂੰ ਜਾ ਕੇ ਅੱਛਾ ਹਾਂ ਵੀ ਮੈਂ ਦੇਖਣ ਆ ਰਹੇ ਨੇ ਆਹੋ ਪਹਿਲਾਂ ਦੱਸੀ ਨਹੀਂ ਮੈਂ ਤਾਂ ਪ੍ਰੋਗਰਾਮ ਦਾ ਕੋਈ ਬਣਾਇਆ ਨਹੀਂ ਸੀ ਉਹਦੀ ਭੈਣ ਨੂੰ ਪਸੰਦ ਆ ਮੈਂ ਨਹੀਂ ਨਹੀਂ ਮੈਨੂੰ ਪਤਾ ਵੀ ਮੈਂ ਤਾਂ ਉਹਨੇ ਹੀ ਕਿਹਾ ਕਹਿੰਦਾ ਗੱਗੀ ਕਿੱਥੇ ਮੈਂ ਕਦੀ ਹੋਣਾ ਮੈਨੂੰ ਪੁੱਛਿਆ ਸੀਗਾ ਕਿੰਨੇ ਟਾਈਮ ਤੱਕ ਕਰ ਰਹੇ ਨੇ ਐਂ ਨਹੀਂ ਮੈਨੂੰ ਪਤਾ ਵੀ ਮੈਂ ਤਾਂ ਉਹਨੇ ਆਇਆ ਸੀਗਾ ਵੀ ਉਹਨੂੰ ਜਾ ਕੇ ਕਹਦੇ ਗੱਗੀ ਨੂੰ ਤਿਆਰ ਰਹੇ ਉਹਨੂੰ ਦੇਖਦੇ ਆ ਜਾ ਕੇ ਅੱਛਾ ਯਾਰ ਨਹੀਂ ਭੈਣ ਦੇ ਗੁਰਦੇ 'ਚ ਪਾਣੀ ਦੱਸੀ ਨਹੀਂ ਮੈਨੂੰ ਹੈ ਉਹਨਾਂ ਨੇ ਮੈਨੂੰ ਐਂ ਨਹੀਂ ਪਤਾ ਵੀ ਹੁਣ ਤੇਰੀ ਗੱਲ ਹੋਈ ਹੋਣੀ ਭੈਣ ਤੇਰਾ ਮੇਰੇ ਤਾਂ ਹੱਕ ਅੱਜ ਲੈ ਸਮਾਂ ਕੀ ਹੋ ਗਿਆ ਸਮਾਂ ਤਾਂ ਹੋ ਗਿਆ ਮੇਰੇ ਖਿਆਲ 'ਚ ਪਸੰਦ ਆ ਗਿਆ ਬਈ ਉਹਨਾਂ ਦੇ ਡੂੜ ਵੱਜ ਗਿਆ ਹੈ ਡੂੜ ਵੱਜ ਗਿਆ ਸਮਾਂ ਹੀ ਬਹੁਤ ਘੱਟ ਆ ਮੈਂ ਤਾਂ ਰੈਡੀ ਹੁੰਨਾ ਫਿਰ ਵਧਾਈਆਂ ਬੇਸਣ ਪਏਗਾ ਹਾਂ ਬੇਸਣ ਲਿਆ ਫਿਰ ਮੈਨੂੰ ਛੇਤੀ ਛੇਤੀ ਯਾਰ ਲਿਆ ਦੇਣਾ ਮੂੰਹ ਤੇ ਲਾਉਣਾਗਾ ਹੁਣੀ ਲਾ ਦੇਣਾ ਭਰਾ ਬਣ ਕੇ ਜਾਂ ਛੇਤੀ ਛੇਤੀ ਕੱਪੜੇ ਹੈਗੇ ਨੇ ਕੱਪੜੇ ਤਾਂ ਹੈਗੇ ਨੇ ਸ਼ੇਰਬਾਨੀ ਫੜ ਲਿਓ ਨਾ ਆਪਾਂ ਨਾ ਸ਼ੇਰਬਾਨੀ ਨਹੀਂ ਪਾਉ ਪਿਛਲੀ ਵਾਰ ਮੈਂ ਸ਼ੇਰਬਾਨੀ ਪਾਈ ਤੀਗੀ ਮੈਂ ਨਹੀਂ ਸੱਜਾ ਚਾ ਸੀਗਾ ਕੰਮ ਤੂੰ ਸ਼ੇਰਬਾਨੀ ਰਹਿਣ ਦੇ ਤੂੰ ਮੈਨੂੰ ਕੱਲਾ ਬੇਸਣ ਲਿਆ ਦੇ ਬਸ ਠੀਕ ਹੈ ਹਾਂ ਮੈਂ ਪਿੰਡੇ ਤੇ ਮਾਲ ਲਾ ਬੇਸਣ ਮੈਂ ਲਿਆ ਨਾ ਹਾਂ ਸੇਜ ਦੇ ਕਰ ਪੱਗ ਲੈ ਕੇ ਦਮਾ ਪੱਗ ਤਾਂ ਹੈਗੀ ਹੈ ਮਤਲਬ ਨਾ ਪਰਨੀ ਠੀਕ ਆ ਨਾਲੇ ਪੱਗ ਆਹ ਦੇਖਣਾ ਜਿਹੜਾ ਉਹਦੀ ਭੈਣ ਆਉ ਉਹਦੀ ਭੈਣ ਆਉ ਜਿੱਦ ਭੈਣ ਆ ਗਈ ਨਹੀਂ ਨਹੀਂ ਭੈਣ ਕਾਹਨੂੰ ਆਉਂਦੀ ਆ ਪਹਿਲੇ ਤਾਂ ਨਹੀਂ ਆਉਂਦੀ ਹੁੰਦੀ ਵੇ ਆ ਕੁੜੀ ਪਸੰਦ ਕਰਨ ਆਊਗੀ ਇਹ ਭੈਣ ਦਾ ਜਵਾਰ ਭਾਟਾ ਤਾਂ ਛੇਤੀ ਕਰ ਯਾਰ ਮੈਨੂੰ ਟਾਈਮ ਨਾ ਪਹਿਲਾਂ ਬੇਸਣ ਲੈ ਕੇ ਦਮਾ ਹਾਂ ਹਾਂ ਬੇਸਣ ਲਿਆ ਓਕੇ ਜੀ ਨਾ ਨਾ ਓਨਲੀ ਬੇਸਣ ਓਕੇ ਹਾਂ ਮੇਰਾ ਸਵਾਲ ਨਾ ਬਣ ਜੀ ਨਾਲੇ ਹਾਂ ਮੈਂ ਬਣ ਜੂਗਾ ਮੈਂ ਕੱਪੜੇ ਲੈ ਆਪਾਂ ਕੱਪੜੇ ਲੈਣ ਚੱਲਾਂਗੇ ਬਸ ਠੀਕ ਹੈ ਬਸ ਠੀਕ ਹੈ ਬਸ ਠੀਕ ਹੈ ਓਕੇ ਆ ਗਿਆ ਉਹਦੀ ਹੜੀ ਸਮੀ ਬਹੁਤ ਘੱਟ ਆ ਭੈਣ ਸਾਰੇ ਮੇਰੇ ਲੱਗਦਾ ਸੀ ਗੱਲ ਦੱਸਿਆ ਜੀ ਚਾਰ ਪੈਸੇ ਆਉਣਗੇ ਉਰੇ ਹੁਣ ਤੁਹਾਨੂੰ ਪਤਾ ਨੀਰਾ ਦਾਣਾ ਲੈਣਾ ਹਾਂ ਨਾਲੇ ਲੋੜ ਦਾ ਚਾਚਾ ਪੈਸੇ ਦੀ ਹਰੇਕ ਨੂੰ ਹੀ ਰਹਿੰਦੀ ਹੈ ਪੈਸੇ ਦੀ ਲੋੜ ਹੁਣ ਹਰੇਕ ਕੰਮ ਪੈਸੇ ਦੀ ਹੋ ਪੈਸੇ ਮੈਨੂੰ ਕੁਝ ਨਹੀਂ ਮੰਨਣਾ ਭਰਾਵਾ ਮੈਂ ਵੀ ਚਾਚਾ ਪੈਸੇ ਨੂੰ ਹੀ ਆਇਆ ਦੀ ਕਿਹੜੇ ਮਹਾ ਉਹ ਆਪਾਂ ਕਣਕ ਜੀ ਨਹੀਂ ਲਈ ਦੀ ਹਾਂ ਉਹਦਾ ਕਰ ਲੈਂਦੇ ਹਿਸਾਬ ਕਿਤਾਬ ਜਾਂ ਪੈਸੇ ਕੁਛ ਤਾਂ ਤੇਰੀ ਮੰਮੀ ਹੀ ਲੈ ਗਈ ਤੀ ਅੱਛਾ ਉਹ ਕੁਛ ਤਾਂ ਨਗਦ ਲੈ ਗਈ ਤੀ ਮੈਥੋਂ ਕੁਛ ਪਤਾ ਫਿਰ ਵੀ ਆਪਣਾ ਕੰਮ ਧੰਦਾ ਖਾਸਾ ਬਣਿਆ ਹੋਇਆ ਸੀ ਕੱਪੜੇ ਨਹੀਂ ਫਿਰ ਆਇਆ ਚਾਚਾ ਸਾਰੇ ਦਿਨ ਹੀ ਲੈ ਗਈ ਹੋਣੀ ਕੁਛ ਕਦਾ ਰਹਿੰਦੇ ਹੋਣੇ ਮੈਂ ਸਮਝਾਉਣਾ ਕੁੜੀਆਂ ਕੱਟਣੀਆਂ ਦੇ ਕੱਪੜੇ ਸਾਰੇ ਇੱਥੋਂ ਬਣਨੇ ਨੇ ਅੱਛਾ ਤੈਨੂੰ ਤਾਂ ਹੁਣ ਪਤਾ ਨਹੀਂ ਇਹਨਾਂ ਗੱਲ ਦਾ ਤੇਰੀ ਮੰਮੀ ਨੂੰ ਪਤਾਗਾ ਹਾਂ ਹਾਂ ਤੇ ਕੁਛ ਲੈ ਗਈ ਕੁਛ ਹੋਊਗੇ ਪੂਰੇ ਕੁਛ ਥੋੜੇ ਘਾਣੇ ਵਧਣ ਵਧਣ ਗਿਆ ਹੁਣ ਆਪਾਂ ਕਰ ਲਾਂਗੇ ਸਭ ਤਾਂ ਆਪਾਂ ਠੀਕ ਹੈ ਚਾਚਾ ਕੱਪੜਿਆਂ ਦੀ ਇਹਨਾਂ ਸਾਰੇ ਕੱਪੜਿਆਂ ਦੀ ਪੂਰੇ ਕਰਤੇ ਹੋਰ ਕਮਾਲ ਕਰਤੀ ਹੈ ਪਤਾ ਕੀ ਹੈ ਜਿੰਨੇ ਆਪਣੇ ਕੁੜੀਆਂ ਦੇ ਕੱਪੜੇ ਲੈਣੇ ਨੇ ਲੀੜੇ ਨੇ ਸਾਰੇ ਉਹ ਬਣਦੇ ਨੇ ਹਾਂ ਉਹਦਾ ਮੈਨੂੰ ਪਤਾ ਹੋਣਾ ਸੂਟ ਸਾਰੇ ਲਿਆਉਣੇ ਪੈਂਦੇ ਆ ਦੇਣੇ ਪੈਂਦੇ ਨੇ ਕਾਰੋਬਾਰ ਚ ਤੈਨੂੰ ਇਸ ਗੱਲ ਦਾ ਘੱਟ ਪਤਾ ਹਾਂ ਬਾਕੀ ਤੂੰ ਘਰੇ ਪੁੱਛ ਲਈ ਬਾਕੀ ਕੋਈ ਗੱਲ ਨਹੀਂ ਆ ਹੁਣ ਹਾੜੀ ਆ ਗਈ ਜਿਹੜੇ ਕੋਈ ਘਰ ਬਾਲੂ ਆਪਾਂ ਕਰ ਲਾਂਗੇ ਚਲ ਆਈਆਂ ਹੋਰ ਹੋ ਜਾਣਗੇ ਕੱਪੜੇ ਮੈਂ ਲਿਆਉਣੀ ਸੀ ਮੈਂ ਸਮਾਂ ਚੱਲ
ਲੈ ਆਉਣਾ ਚਾਚੇ ਤੋਂ ਲੋੜ ਪਈ ਨਾ ਜੇ ਹੁਣ ਮੈਂ ਦੇ ਦਿੰਦਾ ਆਪਾਂ ਨੇ ਇਹਨਾਂ ਟਾਈਮ ਦਾ ਹਿਸਾਬ ਤਾਂ ਰੱਖਿਆ ਨਹੀਂ ਤੇਰਾ ਮਤਲਬ ਨਾ ਐਂ ਤਾਂ ਚਾਚਾ ਤੇਰਾ ਪਤਾ ਐਂ ਦਾ ਮਾਣ ਹੈ ਤੇਰੀ ਤੇ ਅੜਦੇ ਸੜਦੇ ਤੂੰ ਹੀ ਕੰਮ ਆਉਣਾ ਹੈ ਆਪਾਂ ਤੇਰੇ ਕੰਮ ਆ ਜੰਨੇ ਆ ਕਿੰਨੇ ਸਾਲ ਹੋ ਗਏ ਆਪਣੀ ਬਣੀ ਨੂੰ ਫੇ ਐਸੀ ਗੱਲ ਨਹੀਂ ਹੈਗੀ ਚਲ ਠੀਕ ਹੈ ਚਾਚਾ ਫਿਰ ਕੋਈ ਗੱਲ ਨਹੀਂ ਆਪਾਂ ਦੇਖਦੇ ਆਂ ਆੜੀ ਬਾਤ ਕਰਦੇ ਆਂ ਕੋਈ ਗੱਲ ਨਹੀਂ ਹੁਣ ਆੜੀ ਤੇ ਆਪਾਂ ਨਵਾਂ ਜਿਹੜਾ ਹਿਸਾਬ ਤਾਂ ਉਹ ਚੱਲ ਪੂਆ ਆਪਣਾ ਠੀਕ ਆ ਆਹੋ ਪੈਂਟ ਜੀ ਵੀ ਸਿਉਂ ਦਿੰਦਾ ਬੂਟ ਕੱਟ ਜੀ ਚਾਚਾ ਹੈ ਬੂਟ ਕੱਟ ਪੈਂਟ ਜੀ ਵੀ ਸਿਉਂ ਦਿੰਦਾ ਹਾਂ ਸਿਉਂ ਦਾਂਗੇ ਸਿਉਂ ਦਾਂਗੇ ਸਿਉਂ ਦਾਂਗੇ ਮੈਂ ਸਮਾਉਣੀ ਆ ਯਾਰ ਫਿਰ ਮੈਂ ਦੇ ਕੇ ਜਾਊਂ ਚਾਚਾ ਤੈਨੂੰ ਜਦੋਂ ਮਰਜ਼ੀ ਜਦੋਂ ਮਰਜ਼ੀ ਆ ਜੀ ਚੰਗਾ ਜੀ ਹਾਂ ਭੈਣੇ ਕਰੀਏ ਭੈਣੇ ਖੰਮਣੇ ਦਾ ਵਿਹਾਰ ਹਾਂ ਹਾਂ ਕਰੋ ਭੈਣੇ ਫਿਰ ਪੜਾਈ ਹੋ ਜੀ ਹਾਂ ਹਾਂ ਪੜਾਈ ਨਾ ਹੋ ਜੇ ਹਾਂ ਹੁਣ ਸਵਾਈ ਤੇ ਹੈ ਹਾਂ ਸਵਾਈ ਤੇ ਹੋਰ ਸਾਲਾ ਆ ਜਾ ਯਾਰ ਆ ਜਾ ਪੁੱਤ ਲੈ ਪੁੱਤ ਆਇਆ ਕਰ ਲੈ ਵਿਹਾਰ ਕਰ ਦੇ ਔਰਾ ਬੰਨ ਦੇ ਪੁੱਤ ਕਿਹੜੇ ਹੱਥ ਤੇ ਬੰਨਦੇ ਹੁੰਦੇ ਨੇ ਸੱਜੇ ਦੇ ਕਿ ਖੱਬੇ ਦੇ ਸੱਜੇ ਦੇ ਵਾਸਤੇ ਸੱਜੇ ਦੇ ਸੱਜੇ ਦੇ ਅੱਛੇ ਦੇ ਲੈ ਬੰਨ ਦੇ ਪਈ ਕਈ ਵਾਰ ਦੇ ਦੀ ਪੁੱਤ ਹੈ ਬੰਨ ਦੇ ਤਾਂ ਪੈ ਸਕਦਾ ਹੋਰ ਫਿਰ ਚੱਲ ਭਾਈ ਬਸ ਆ ਰੋਟੀ ਪੱਕ ਬਾਹਰ ਜਨਮ ਡਵੇੜ ਦਾ ਤੇ ਹੁਣ ਕਿੰਨੇ ਵਾਰ-ਵਾਰ ਫਿਰ ਔਖਾ ਹੋ ਜਾਂਦਾ ਓਏ ਤੇ ਕਹਿੰਦੇ ਭਾਈ ਪਤਾ ਐ ਕਹਿੰਦਾ ਸੀ ਭਾਈ ਮਹਾ ਲੈ ਜਾਂਦੇ ਲੱਗਦੇ ਨਾ 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 ਲੈ ਜਾਂਦੇ ਨਹੀਂ ਹਜੇ ਹੋਰ ਕਾਹਦੇ ਵਾਸਤੇ ਟਿੱਕਾ ਲਾ ਲਿਆ ਅੰਗੂਰੀ ਦਾ ਕਿਹੜੀ ਨਾ ਜੀ ਇਹਦੇ ਨਾਲ ਲਾ ਦੇ ਜਮੀਨ ਸਾਡਾ ਹਾਂ ਕਾਹਦੇ ਵਾਸਤੇ ਅੱਖਾਂ ਜੀ ਪਾਤਾ ਆ ਲੱਡੂ ਸਾਡੇ ਦੇ ਰੋੜੀ ਦੇ ਦੇ ਕੋਈ ਨਾ ਆ ਦੋ ਲੱਡੂ ਪੱਲੇ ਚ ਪਾ ਦੇ ਪੁੱਤ ਪੱਲੇ ਚ ਪਾ ਦੋ ਲੱਡੂ ਚੱਲ ਬੜੇ ਕਰਦੇ ਬਿਹਰ ਹਾਂ ਲਓ ਜੀ ਮੈਂ ਵੀ ਕਰਦੀ ਆ ਟਾਈਮ ਲੱਗੀ ਜਾਂਦਾ ਲੈ ਫੜੀ ਭਈਆ ਜਵਾਕ ਹੋ ਜਾ ਆਇਆ ਨਹੀਂ ਹਲੇ ਉਹ ਤਾਂ ਪੁੱਤ ਰਿਸ਼ਤੇਦਾਰੀ ਚ ਰੱਖ ਛੱਡਿਆ ਪੁੱਤ ਲੈ ਆਉਂਦੇ ਉਹਨੂੰ ਨਾਲ ਲੈ ਜਾਂਦੇ ਸੀ ਦਾ ਹੈ ਮੇਰੇ ਨਾਲ ਤੱਕ ਚੱਲਦਾ ਪੜਨ ਗਿਆ ਹੋਇਆਗਾ मुंडे नी पाया कल ने चुल्ला पामा चकमा बीरा कोले पामा बेलो कृपा होगी राम दी तुसी इक तो बनाते बेअंतो प्यारिया दो ले भाई हुन तुसी खड़े हो जो शिक शुक ना बजे शिक बुक तो खड़े हो जो अल्लाह ना हां इनु कठी कर ले ले आ फड़ आ मेनू फड़ा दे ਮੜਾ ਭਾਈ ਮੈਂ ਗੱਲ ਜੀ ਕਰਨੀ ਤੀ ਮੇਰੇ ਨਾਲ ਹਾਂ ਆਇਆ ਮੜਾ ਚੱਲ ਭਾਈ ਤੂੰ ਪੁੱਤ ਅੰਦਰ ਵਗ ਜਾ ਚੱਲ ਬਸ ਅੰਦਰ ਬਹਿ ਜਾ ਮੜਾ ਤੁਸੀਂ ਆ ਹੋ ਜਾ ਭਾਈ ਮੜਾ ਜਾ ਪਾਸੇ ਜੇ ਮੈਂ ਗੱਲ ਕਰਨਾ ਲੈ ਭਾਈ ਲੈ ਹਾਂ ਹੋਰ ਹਾਂ ਭਾਈ ਬੈਠਾ ਜਾਈ ਕਰ ਅਸੀਂ ਮਹਾ ਟਾਈਮ ਆ ਹੁਣ ਆਪਾਂ ਨਾਲੇ ਲੈ ਚੱਲਦੇ ਆ ਫਿਰ ਕੁਛ ਤਾਂ ਟਾਈਮ ਦੇ ਹੀ ਭਾਈ ਫਿਰ ਵੀ ਅਗਲੇ 30 ਵਾਲੇ ਨੇ ਤਿਆਰੀ ਵੈਰੀ ਵੀ ਕਰ ਸਾਰੀ ਲੋਪਾ ਕਿਹੜਾ ਕੁਛ ਲੈਣਾ ਨਹੀਂ ਫਿਰ ਵੀ ਭਾਈ ਲੋਕ ਵੀ ਰੱਖਣੇ ਬਹੁਤ ਆ ਫਿਰ ਆਪਾਂ ਤਾਂ ਕੁਛ ਨਹੀਂ ਲੈਣਾ ਦਾਸ ਦੇ ਜੇ ਆਪਾਂ ਨੂੰ ਕੁਛ ਨਹੀਂ ਚਾਹੀਦਾ ਨਾ ਬੈੱਡ ਨਾ ਸੋਫਾ ਆਪਾਂ ਕਿਹੜਾ ਕੁਛ ਲੈਣਾ ਚਲ ਉਹ ਤਾਂ ਠੀਕ ਹੈ ਆਪਾਂ ਨੇ ਲੈਣਾ ਤਾਂ ਕੁਛ ਨਹੀਂ ਮੰਗਿਆ ਤਾਂ ਕੁਛ ਨਹੀਂ ਫਿਰ ਅਗਲਾ ਵੀ ਸ਼ਰਮ ਤਰਾ ਹੁੰਦਾ ਹੈ 30 ਵਾਲੇ ਨੇ ਹਜੇ ਖੜ ਜਾ ਆਪਾਂ ਦਿਨ ਕਢਾਵਾਂਗੇ ਫੇਰ ਵਿਆਹ ਦਾ ਭਾਵੇਂ ਆਪਾਂ ਫੇਰ ਦੁਬਾਰੇ ਆਈਓ ਲੈ ਜੀਏ ਬਾਹ ਲਾ ਦੀ ਹੈ ਕਾਲ ਦੀ ਅੱਗ ਸਰੀਕਾਂ ਦੇ ਚਲ ਕੋਈ ਨਹੀਂ ਆਈ ਕਹਿੰਦੇ ਹੁੰਦੇ ਮਸਾ ਰੋਟੀ ਪੱਕਦੀ ਹੋਈ ਹੈ ਹੋਰ ਮਹਾਂ ਜੇ ਕਿਸੇ ਨੇ 19 ਕੀ ਕਹਿਤਾ ਉਹ ਹਜੀ ਰਹਿ ਜਾਏਗਾ ਪਤਾ ਕੀ ਹੈ ਇਹ ਤਾਂ ਮਸਾਂ ਟਿੱਬੇ ਤੇ ਪਾਣੀ ਚੜੇ ਮਾੜੀ ਮੋਟੀ ਖਬਰ ਲੱਗ ਗਈ ਕੋਈ ਨਾ ਮਾਰ ਪਾਲੇ ਮੇਰੀ ਗੱਲ ਸੁਣ ਤੇਰੇ ਤੇ ਮੇਰੇ ਕੋਲ ਗੱਲ ਹੈ ਨਾ ਤੂੰ ਦੱਸੀ ਨਾ ਮੈਂ ਦੱਸਾਂ ਹੋਰ ਤਾਂ ਕਿਸੇ ਨੂੰ ਪਤਾ ਹੀ ਨਹੀਂ ਆ ਮੂੰਹ ਜੋ ਖੁਸ਼ੀ ਦਾ ਮੌਕਾ ਹੁਣ ਨਿਕਲਦੇ ਨੇ ਖੁਸ਼ੀ ਤੂੰ ਨਾ ਕੱਢਦੀ ਦਾਰੂ ਪੀ ਕੇ ਹੋਰ ਆ ਹੁਣ ਖੁਸ਼ੀ ਦਾ ਮੌਕਾ ਹੁੰਦਾ ਆਪਣੇ ਜਵਾਨ ਨੂੰ ਬਸ ਚ ਰੱਖੀ ਮੈਂ ਨਾ ਕਿਹੜਾ ਗੱਲ ਦਾ ਕਰਕੇ ਦੇਖ ਲੈਣੇ ਕੀ ਪਤਾ ਅਗਲੇ ਨੇ ਤਿਆਰੀਆਂ ਤਿਉਰੀਆਂ ਕਰੀਆਂ ਪਈਆਂ ਹੁੰਦੀਆਂ ਚੱਲ ਠੀਕ ਹੈ ਅਸਲ ਵਿੱਚ ਤਾਂ ਉਹਦੀ ਚਾਚੀ ਮੰਨਦੀ ਨਹੀਂ ਹੈਗੀ ਤੁਸੀਂ ਕਰ ਲਓ ਕਿਹੜਾ ਗੱਲ ਮਾਤਾ ਜੀ ਬਾਕੀ ਮੈਂ ਗੱਲ ਕਰ ਲੂੰਗੀ ਠੀਕ ਹੈ ਕੋਈ ਨਾ ਫਿਰ ਆਪਾਂ ਲੈ ਚਲਾ ਤੂੰ ਇੱਥੇ ਬਹਿ ਜਾ ਮੈਂ ਉਹਦੀ ਚਾਚੀ ਨਾਲ ਗੱਲ ਕਰ ਲੂੰ ਹਾਂ ਤੁਸੀਂ ਗੱਲ ਕਰ ਲਓ ਮਾਤਾ ਜੀ ਚੱਲ ਠੀਕ ਹੈ ਉਹ ਇਹਨਾਂ ਕਿਸੇ ਕੋਲ ਪਕਾਈ ਕਰਦੀ ਹਾਂ ਸਭ ਕਲੀਆਂ ਕੁਲੀਆਂ ਹੋ ਗਈਆਂ ਸਾਡੇ ਵਿਆਹ ਦੀ ਛੇਤੀ ਛੇਤੀ ਲਾ ਦੇ ਫੇਸ ਤੇ ਫਿਰ ਮੈਂ ਲੈਗਸ ਤੇ ਲਾਉਣਾ ਸਾਰਾ ਇਹ ਬੇਸਣ ਕਲੀਆਂ ਤਾਂ ਮੂੰਹ ਤੇ ਹੋਦੀਆਂ ਨੇ ਬਾਈ ਛੇਤੀ ਮੈਂ ਲੈਗ ਤੇ ਲਾਉਣਾ ਹੋਰ ਘੋਲੀ ਤਵੜੇ ਚ ਘੋਲੀ ਬੇਸਣ ਜਾਂਗਾ ਇਦੋਂ ਬਾਅਦ ਹਾਂ ਲੱਤਾਂ ਦੇ ਵਾਲ ਕਟਾ ਗਿਆ ਫੇਰ ਲਾਉਂਗਾ ਬਾਈ ਲੈ ਕਿਉਂ ਲੱਤਾਂ ਦੇ ਵਾਲਾਂ ਨੂੰ ਕੀ ਹੋਇਆ ਭਾਵੇਂ ਤੇਰਾ ਕੁੜੀਆਂ ਨੂੰ ਪਸੰਦ ਪਾਉਣੇ ਵਾਲ ਹੇਰਾ
ਲੈਗਸ ਹੇਅਰ ਬਹੁਤ ਮਰਦੀਆਂ ਕੁੜੀਆਂ ਕਹਿੰਦੇ ਲੈਗਸ ਹੇਅਰ ਮੈਨੂੰ ਚਾਹੀਦਾ ਮੁੰਡੇ ਦਾ ਨਾਈਸ ਲੈ ਹੋਰ ਲੈਗਸ ਹੇਅਰ ਤੇ ਕਿੱਡਾ ਹੋ ਹੁੰਦਾ ਅੱਖਾਂ ਬੰਦ ਇਹ ਭਾਂ ਦੀ ਗਾਜਰ ਪਾ ਕੇ ਉਹਦਾ ਹੁਣ ਤੇਰੀ ਭੈਣ ਮੇਰੀ ਭੈਣ ਆਪਦੀ ਭੈਣ ਨੂੰ ਗਾਲ ਕੱਢੇਗਾ ਹੁਣ ਤੂੰ ਭੈਣ ਦੇ ਜ਼ਿਆਦਾ ਆਪਣੀ ਭੈਣ ਦੀ ਗਾਜਰ ਪਾ ਕੇ ਕੋਈ ਧੀਆਂ ਭੈਣ ਵਾਲੀ ਗਾਲ ਕੱਢਿਆ ਕਰ ਤੇਰੀ ਭੈਣ ਦੀਆਂ ਧੀਆਂ ਕਿਉਂ ਭਾਈ ਮਾਰਦਾ ਗਾ ਉਹਦਾ ਆਉਣ ਵਾਲੇ ਹੋਣੇ ਬਾਈ ਮੈਨੂੰ ਅੱਜ ਖੁਸ਼ੀ ਵਾਲੀ ਹੋ ਰਹੀ ਹੈ ਯਾਰ ਥੋੜ੍ਹਾ ਤਾਇਆ ਕਿੱਥੇ ਗਿਆ ਉਹ ਆਪਦੀ ਭੈਣ ਮਰਾ ਬੇਤਾ ਆ ਭੈਣ ਦੀ ਸ਼ਾਕਰ ਗੰਦੀ ਤਾਏ ਤਾਏ ਕੁਛ ਕਹਿੰਦਾ ਨਹੀਂ ਗੱਲ ਕੱਢੀ ਨਾ ਕਹੂਗਾ ਤਾਏ ਨੂੰ ਦੱਸੀ ਨਾ ਜਾਂਗਾ ਮੈਂ ਨਾ ਮੈਂ ਪਤਾ ਕੀ ਕਰੂੰ ਮੇਰਾ ਪਲਾਨ ਪਤਾ ਕੀ ਹੈ ਮੇਰਾ ਹੁਣ ਵਿਆਹ ਹੋ ਗਿਆ ਹਨਾ ਇੱਕ ਦਿਨ ਇੱਕ ਰਾਤ ਤੁਸੀਂ ਸਟੇ ਕਰ ਲਾਂਗੇ ਸਨਾਮ ਹਨਾ ਇਹ ਤੋਂ ਬਾਅਦ ਮੈਂ ਗੋਆ ਜਾਊਂਗਾ ਉਹਨੂੰ ਬੀਚ ਤੇ ਲੈ ਕੇ ਐਡਰੀਆਂ ਨਹੀਂ ਕਰਾਣੀ ਹੁੰਦੀਆਂ ਜਿਹੜੀਆਂ ਉਹ ਪਾਊਂਗਾ ਮੈਂ ਨਾ ਉੱਥੇ ਕਿਸੇ ਤੀ ਨਾ ਤੇਰੀ ਭਾਬੀ ਦੇ ਤਾਂ ਮੈਂ ਸਾਰਾ ਸਲਵਾਰ ਸੂਟ ਪੀਊਂਗਾ ਅਬ ਦੇ ਐਡਰੀਆਂ ਕਿ ਨਹੀਂ ਕਰਾਣੀ ਇਹ ਤੂੰ ਪਾਏਗਾ ਹਾਂ ਤੂੰ ਤਾਂ ਪਾ ਲਈ ਗੋਆ ਜਾਊਂਗਾ ਤੇਰੀ ਭਾਬੀ ਨੂੰ ਲੈ ਕੇ ਅਸੇ ਤੀ ਲਾ ਦੇ ਵੀਰੇ ਯਾਰ ਜੇ ਮਿੱਟੀ ਮੰਨ ਜਾਂਦੀ ਮੈਂ ਫਿਰ ਕਾਹਨੂੰ ਮੂੰਹ ਮਾਰਦਾ ਬਾਰੇ ਹਾਂ ਸੱਚ ਤਾਂ ਮਿੱਟੀ ਦੇ ਕੇਸ ਦਾ ਕੀ ਬਣਿਆ ਆਪਾਂ ਛੱਡਤੀ ਕਿਉਂ ਉਹਦੀ ਪੈਂਡੀ ਗਾਜਰ ਪਾਕ ਮਿੱਟੀ ਦੀ ਹਾਂ ਇੱਥੇ ਲਾ ਦੇ ਇੱਧਰ ਲਾ ਦੇ ਇੱਥੇ ਹਾਂ ਉਹਰੇ ਵੀ ਲਾ ਦੇ ਸਾਰੇ ਗਰਦਨ ਤੇ ਮੈਂ ਤੈਨੂੰ ਕਿਹਾ ਦੀ ਬਾਲਟੀ ਚ ਘੋਲ ਦਿੰਦਾ ਮੈਂ ਡੱਬੇ ਭਰ ਕੇ ਨਹਾ ਲੈਣਾ ਇਹ ਤਾਂ ਕਿਹੋ ਜਿਹਾ ਹੋਇਆ ਕਿ ਤੂੰ ਵੀ ਰਲ ਜਾ ਕਰ ਇਹਦੇ ਨਾਲ ਬੇਸਨ ਕਿਵੇਂ ਖੰਡਾ ਕੇ ਆਇਆ ਤੇਰੇ ਕੀ ਉੱਠ ਰਿਹਾ ਏ ਨਿਆਲ ਜੀ ਬੇਸਨ ਕਿਵੇਂ ਖੰਡਿਆ ਕੇ ਆਇਆ ਕੀ ਆ ਫਿਰ ਤੋਪੜਾ ਜੀ ਤੇਰੇ ਕੀ ਸੂਲ ਹੁੰਦਾਗਾ ਬੇਸਨ ਦਾ ਬਈ ਮੈਂ ਕਦੋਂ ਲੈ ਕੇ ਬੈਚਰ ਜਨਾਨੀ ਤੈਨੂੰ ਕੀ ਹੋ ਰਿਹਾ ਮੇਰਾ ਸਾਡੇ ਅੰਦਰ ਕਿਨੇ ਖੰਡਿਆ ਆਇਆਗਾ ਤੂੰ ਮੇਰੇ ਤਾਂ ਨਹੀਂ ਬਚਦੀ ਮੈਂ ਫਿਰ ਹੋਰ ਪਸਾਲੂਗਾ ਲਾ ਦੂ ਤੇਰੇ ਮੈਂ ਖੇਤ ਜਾਂਦਾ ਸੀਗਾ ਮੈਂ ਤਾਂ ਮੁੰਡਾ ਕਹਿੰਦਾ ਕਹਿੰਦਾ ਗੱਗੀ ਨੂੰ ਦੇਖ ਕੇ ਆਵਾਂ ਗਏ ਸੀ ਕਰ ਦਿੰਦੀ ਹਾਂ ਬਾਈ ਉਦੋਂ ਕਿਉਂ ਹੁਣ ਮੌਕਾ ਗਵਾ ਲਿਆ ਕਿਉਂ ਕਿਉਂ ਗਲੀਚਾ ਕਿਹੜੇ ਕੰਨ ਫੁੱਟੇ ਨੇ ਹੈਲੋ ਤੇਰੇ ਤੋਂ ਕੋਈ ਪੱਟ ਕੇ ਤੇਥੋਂ ਸੋਹਣੀ ਜੀ ਮਨਮੋਹਣੀ ਜੀ ਜਿੰਦ ਨਾਂ ਲਿਖਵਾ ਲਿਆਂਗੇ ਸੱਚ ਕਿਹਾ ਪ੍ਰੋਫਿਟ ਡਾਇਮੰਡ ਨੇ ਨਾਰਾਂ ਬਤਕਾਰ ਹੁੰਦੀਆਂ ਨੇ ਦੱਸ ਤਾਂ ਦਿੱਤਾ ਤੂੰ ਚਾਟੇ ਨਾ ਖਾਣੀ ਮੇਰੇ ਤੋਂ ਚੁੱਪ ਕਰਕੇ ਬੈਠੇ ਰਹੇ ਹੱਥ ਨਾ ਲਾ ਦੀ ਨੰਦਾ ਚ ਬੈਠ ਕੇ ਨਾ ਤੇਰੇ ਮੈਂ ਗਲ ਚ ਮੁੱਕੀ ਮਾਰੂੰਗਾ ਤੇਰੇ ਮੇਰੇ ਵਿਆਹ ਚ ਆਉਣ ਦੀ ਲੋੜ ਨਹੀਂ ਮਰਦੀਆਂ ਨੇ ਮੇਰੇ ਤੇ ਤੇ ਵਿਆਹ ਇਹਦਾ ਹੋਕਾ ਤਾਂ ਹੋ ਜੇ ਤੂੰ 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 ਤਾਂ ਗਾਹਾਂ ਬਾੜੀ ਨਹਾਉਣੀ ਹੈਗੀ ਵੱਡੀ ਨੀਰੂ ਬਾਜਵਾ ਦੀ ਸਿਸਟਰ ਨਾਸ ਦੇ ਕੇ ਦਾਣੇ ਦੇ ਢੋਲ ਜਿਹੜਾ ਤੇਰਾ ਨੱਕ ਹੈ ਗਰਦਨਾ ਮਾਇਲ ਦੀ ਗਰਦਨਾ ਮਾਇਲ ਮਾਇਲ ਲੈਂਦੀ ਹੈਗੀ ਆਯੋ ਹੋਰ ਭੈਣ ਮੰਨ ਗਈ ਸੀ ਬਾਈ ਮੰਨ ਗਈ ਸੀ ਸਿਸਟਰ ਆਪਣੀ ਕੀ ਹੋ ਗਿਆ ਆਪਾਂ ਸਾਗਣ ਮੰਗੀ ਸਾਗਣ ਫਿਰ ਮੈਨੂੰ ਕੋਈ ਮੰਗ ਨਹੀਂ ਮੇਰੀ ਕੋਈ ਮੰਗ ਹੀ ਨਹੀਂ ਹੈਗੀ ਹਾਏ ਲਈ ਸਮਾਨ ਵੰਡਤਾ ਗੱਲ ਕੀ ਹੋ ਗਈ ਮੇਰੀ ਭੈਣ ਨੂੰ ਛੇੜ ਕੇ ਲੰਘਿਆ ਗੱਲ ਕਹਾਰਿਆ ਜਾ ਕਹਿੰਦਾ ਪੁੱਤ ਖੱਟ ਲਈ ਯਾਰੀਆਂ ਲਾ ਲੈ ਨਹੀਂ ਮਿੱਤਰਾਂ ਦੀ ਕੋਈ ਵੀ ਨਹੀਂ ਇਹਨੂੰ ਫੜੀ ਮੜਿਆ